ਸੋ ਸੱਚੀ ਗੱਲ ਜੀ ਸਾਰਿਆਂ ਨੂੰ ਗਾਇਸ ਤੇ ਗਾਇਸ ਮੈਂ ਯੁਗੇਸ਼ ਤੇ ਵੈਲਕਮ ਬੈਕ ਟੂ ਸਾਰਕਾਸਟਿਕ ਡੂਡ ਗਾਇਸ ਤੇ ਇਹ ਵੀਡੀਓ ਦਾ ਆਪਣਾ ਮੇਨ ਮਾਰਕਸ ਰਹੇਗਾ ਜੀ ਗਾਇਸ ਅੱਪਾ ਦੇਖਾਂਗੇ ਕਿ ਟੀਆਰਵੀ ਦੀ ਜਿਹੜੀ ਫਾਈਲ ਹੁੰਦੀ ਆਪਾਂ ਕਿਵੇਂ ਫਿਲ ਆਊਟ ਕਰ ਸਕਦੇ ਆ ਆਪਣੇ ਘਰ ਦੇ ਵਿੱਚ ਸਾਨੂੰ ਕਿਸੇ ਏਜੰਟ ਕੋ ਜਾਣ ਦੀ ਜ਼ਰਤ ਨਹੀਂ ਹੁੰਦੀ ਤੇ ਟੀਆਰਵੀ ਦਾ ਮਤਲਬ ਹੁੰਦਾ ਟੈਂਪਰੇਰੀ ਰੈਜ਼ਿਡੈਂਸ ਵੀਜ਼ਾ ਜਿਹਦੇ ਵਿੱਚ ਕੀ ਤੁਹਾਨੂੰ ਇੱਕ ਸਟੈਂਪ ਲੱਗੀ ਮਿਲਦੀ ਹੈ ਆਪਣੇ ਪਾਸਪੋਰਟ ਦੇ ਉੱਤੇ ਜਿਹਦੇ ਨਾਲ ਤੁਸੀਂ ਇੰਡੀਆ ਜਾ ਸਕਦੇ ਹੋ ਤੇ ਕੈਨੇਡਾ ਵਾਪਿਸ ਵੀ ਆ ਸਕਦੇ ਹੋ ਠੀਕ ਹੈ ਤੇ ਅੱਜ ਕੱਲ ਕੀ ਹੋ ਰਿਹਾ ਗਾਇਸ ਕਿ 10 ਸਾਲ ਦਾ ਵੀਜ਼ਾ ਜਿਹੜਾ ਹੈਗਾ ਗਵਰਨਮੈਂਟ ਦੇ ਰਹੀ ਹੈ ਮਤਲਬ ਕਿ ਮੋਸਟ ਆਫ ਦਾ ਕੇਸਿਸ ਹੁਣ ਇਦਾਂ ਹੀ ਹੋ ਰਿਹਾ ਕਿ 10-10 ਸਾਲ ਦੇ ਵੀਜ਼ੇ ਜਿਹੜੇ ਹੈਗੇ ਉਹ ਮਿਲ ਰਹੇ ਨੇ ਸੋ ਦੈਟਸ ਐਕਚੁਅਲੀ ਗੁੱਡ ਥਿੰਗ ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਵੀ ਜਲਦੀ ਤੋਂ ਜਲਦੀ ਆਪਣਾ ਅਪਲਾਈ ਕਰੋ ਤੇ ਇਹਦੀ ਜਿਹੜੀ ਫੀਸ ਦੀ ਗੱਲ ਕਰੀਏ ਗਾਇਸ ਫੀਸ ਜਿਹੜਾ ਹੈਗਾ 100 ਡਾਲਰਸ ਨੇ ਮੇਰੇ ਸਾਹਮਣੇ ਜਦ ਤੱਕ ਮੈਨੂੰ ਯਾਦ ਹੈ ਤੇ ਬਾਕੀ ਵੀਡੀਓ ਦੇ ਵਿੱਚ ਅਸੀਂ ਪ੍ਰੋਪਰ ਜੀਸੀ ਕੀ ਤੋਂ ਸ਼ੁਰੂ ਕੀਤਾ ਕਿ ਪ੍ਰੋਪਰ ਸਕ੍ਰੈਚ ਤੋਂ ਕਿ ਜੀਸੀ ਕੀ ਸਭ ਤੋਂ ਪਹਿਲਾਂ ਤੁਹਾਨੂੰ ਬਣਵਾਣੀ ਪੈਗੀ ਜੀਸੀ ਕੀ ਬਣਾਉਣ ਤੋਂ ਬਾਅਦ ਤੁਹਾਨੂੰ ਡਾਕੂਮੈਂਟਸ ਆਪਣਾ ਫਾਰਮ ਫਿਲ ਕਰਨਾ ਪੈਂਦਾ ਇੱਕ ਉਹ ਵੀ ਆਪਾਂ ਵੀਡੀਓ ਦੇ ਵਿੱਚ ਡਿਸਕਸ ਕੀਤਾ ਤੀਜੇ ਨੰਬਰ ਦੇ ਉੱਤੇ ਤੁਹਾਨੂੰ ਇਹਦੇ ਵਿੱਚ ਡਾਕੂਮੈਂਟਸ ਜਿਹੜੇ ਹੈਗੇ ਆ ਉਹ ਭਰਨੇ ਪੈਂਦੇ ਨੇ ਡਾਕੂਮੈਂਟਸ ਨੂੰ ਤੁਸੀਂ ਪੁੱਛੋਗੇ ਕਿਹੜੇ ਕਿਹੜੇ ਨੇ ਸੋ ਸਭ ਤੋਂ ਪਹਿਲਾਂ ਇੱਕ ਫਾਰਮ ਫਿਲ ਕਰਨਾ ਪੈਂਦਾ ਗਾਇਸ ਦੂਜੇ ਨੰਬਰ ਤੇ ਤੁਹਾਨੂੰ ਪਾਸਪੋਰਟ ਦੀ ਸਕੈਨ ਚਾਹੀਦਾ ਪ੍ਰੋਪਰ ਸਕੈਨ ਕਰ ਦਿਓ ਨਾ ਉਹਨੂੰ ਆਪਣਾ ਤੁਸੀਂ ਉਹ ਤੋਂ ਕਰ ਸਕਦੇ ਹੋ ਐਪਲ ਦੇ ਫੋਨ ਤੋਂ ਬਹੁਤ ਨੋਟਸ ਤੋਂ ਬਹੁਤ ਵਧੀਆ ਹੋ ਜਾਂਦਾ ਤੀਜੇ ਨੰਬਰ ਤੇ ਤੁਹਾਨੂੰ ਆਪਣੀ ਡਿਜੀਟਲ ਫੋਟੋ ਚਾਹੀਦੀ ਹੁੰਦੀ ਆ ਠੀਕ ਹੈ ਤੇ ਚੌਥੇ ਨੰਬਰ ਤੇ ਜੇ ਤੁਹਾਡੇ ਕੋਲ ਸਟੱਡੀ ਪਰਮਿਟ ਹੈ ਤੁਸੀਂ ਸਟੱਡੀ ਪਰਮਿਟ ਯੂਜ਼ ਕਰ ਸਕਦੇ ਹੋ ਜੇ ਤੁਹਾਡੇ ਕੋਲ ਵਰਕ ਪਰਮਿਟ ਹੈ ਤੁਸੀਂ ਵਰਕ ਪਰਮਿਟ ਆਪਣਾ ਯੂਜ਼ ਕਰ ਸਕਦੇ ਹੋ ਠੀਕ ਹੈ ਤੇ ਆਹ ਚਾਰਜਸ ਜਿਹੜੀ ਹੈਗੀਆਂ ਤੁਹਾਨੂੰ ਤੁਹਾਡੇ ਡਾਕੂਮੈਂਟ ਲਈ ਚਾਹੀਦੀਆਂ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਫਾਰਮ ਹੁੰਦਾ ਉਹ ਪ੍ਰੋਪਰ ਫਿਲ ਆਊਟ ਕਰਨਾ ਪੈਂਦਾ ਉਹ ਵੀ ਆਪਾਂ ਵੀਡੀਓ 'ਚ ਡਿਸਕਸ ਕੀਤਾ ਜੇ ਤੁਹਾਨੂੰ ਕਿਸੇ ਵੀ ਤਰੀਕੇ ਦੀ ਹੈਲਪ ਦੀ ਲੋੜ ਪਈ ਤੁਸੀਂ ਮੈਨੂੰ ਡੀਐਮ ਕਰ ਸਕਦੇ ਹੋ ਇੰਸਟਾਗ੍ਰam ਤੇ ਜਾਂ YouTube ਦੇ ਕਮੈਂਟ ਸੈਕਸ਼ਨ 'ਚ ਲਿਖਦੇ ਮੈਂ ਤੁਹਾਨੂੰ ਡੈਫੀਨਿਟਲੀ ਹੈਲਪ ਕਰੂੰਗਾ ਤੇ ਗਾਇਸ ਚਲੋ ਵੀਡੀਓ ਸ਼ੁਰੂਆਤ ਕਰਦੇ ਹਾਂ ਜੀ हेलो फ्रेंड्स तो वीडियो दी शुरुआत ਕਰਦੇ ਆ ਜੀ ਫਰਸਟ ਸਟੈਪ ਦੇ ਨਾਲ ਜਿਹੜਾ ਸਾਡਾ ਰਹੇਗਾ ਕਿ ਸਾਈਨ ਇਨ ਜੀਸੀ ਕੀ ਸੋ ਅਬ ਤੋਂ ਪਹਿਲਾਂ ਆਪਾਂ ਨੂੰ ਆਪਣੀ ਆਈਡੀ ਬਣਾਣੀ ਪਵੇਗੀ ਤਾਂ ਪਹਿਲੇ ਨੰਬਰ ਤੇ ਕਲਿੱਕ ਕਰਦੇ ਹੋ ਫਰਸਟ ਲਿੰਕ ਤੇ ਤਾਂ ਇਹਦੇ ਵਿੱਚ ਸਾਡੇ ਕੋਲ ਡਿਫਰੈਂਟ ਆਪਸ਼ਨਸ ਆ ਜਾਂਦੇ ਨੇ ਸੋ ਆਪਾਂ ਨੂੰ ਪਹਿਲਾਂ ਰਜਿਸਟਰ ਕਰਨ ਦੀ ਜ਼ਰੂਰਤ ਹੈ ਬਟ ਬਾਕੀ ਜੇ ਸਾਈਨ ਇਨ ਦੋ ਤਰੀਕੇ ਨਾਲ ਹੁੰਦੀ ਸਾਈਨ ਇਨ ਵਿਦ ਜੀਸੀ ਕੀ ਐਂਡ ਪਾਰਟਨਰ ਪਾਰਟਨਰ ਜਿਹੜਾ ਹੁੰਦਾ ਬੈਂਕ ਨਾ ਹੁੰਦਾ ਆਪਾਂ ਰਜਿਸਟਰ ਤੇ ਕਲਿੱਕ ਕਰਾਂਗੇ ਤੇ ਆਪਾਂ ਇੱਥੇ ਸਿੰਪਲ ਆ ਪੜ ਲਓ ਜੇ ਤੁਸੀਂ ਪੜਨਾ ਚਾਹੁੰਦੇ ਹੋ ਹਨਾ ਤੇ ਆ ਥੋੜੀ ਛੋਟੀ ਮੋਟੀ ਨੌਲੇਜ ਹੁੰਦੀ ਹੈ ਸੋ ਇਹਨੂੰ ਆਪਾਂ ਸਕਰੋਲ ਡਾਉਨ ਕਰਦੇ ਆ ਤੇ ਥੱਲੇ ਆਪਾਂ ਨੂੰ ਆਪਸ਼ਨ ਆ ਜਾਏਗਾ ਇੱਕ ਜੀਸੀਟੀ ਰਜਿਸਟ੍ਰੇਸ਼ਨ ਦਾ ਨੁਕਤਾ ਹਾਂਜੀ ਰਜਿਸਟਰ ਵਿਦ ਜੀਸੀ ਕੀ ਠੀਕ ਹੈ ਤੇ ਹੁਣ ਆਪਾਂ ਸਾਈਨ ਅਪ ਤੇ ਕਲਿੱਕ ਕਰਾਂਗੇ ਰਾਈਟ ਹੈਂਡ ਸਾਈਡ ਦੇ ਉੱਤੇ ਜਿਹੜਾ ਹੈਗਾ ਇਹਨੂੰ ਸਾਈਨ ਇਨ ਕਰਦੇ ਆ ਤੇ ਸਾਡੇ ਕੋਲ ਇਹ ਟਰਮ ਨਲ ਕੰਡੀਸ਼ਨਸ ਆ ਜਾਂਦੀਆਂ ਇਹਨੂੰ ਆਏ ਐਕਸੈਪਟ ਕਰ ਦਿਓ ਠੀਕ ਹੈ ਉਤਪਰ ਤੁਹਾਨੂੰ ਇੱਕ ਯੂਜ਼ਰ ਨੇਮ ਕ੍ਰੀਏਟ ਕਰਨਾ ਪੈਂਦਾ ਸੋ ਮੈਂ ਜਸਟ ਫੋਰ ਐਗਜ਼ਾਮਪਲ ਦੇ ਲਈ ਕੋਈ ਵੀ ਯੂਜ਼ਰ ਨੇਮ ਡੈਟ ਹੈਗਾ ਚੂਜ਼ ਕਰਨ ਲਗਾ ਸੋ ਯੂਗੇਸ਼ 121221 ਸੌਰੀ ਇਹਨੂੰ ਮੈਂ ਕਰਕੇ ਕੰਟੀਨਿਊ ਕਰ ਦਿੰਦਾ ਸੋ ਹੁਣ ਮੇਰੇ ਕੋ ਪਾਸਵਰਡ ਮੰਗ ਰਹੇ ਨੇ ਪਾਸਵਰਡ ਦੀਆਂ ਕੰਡੀਸ਼ਨਸ ਉੱਪਰ ਦਿੱਤੀਆਂ ਹੋਈਆਂ ਨੇ ਉਹਨੂੰ ਮੇਕ ਸ਼ੂਰ ਕਰਿਓ ਕਿ ਫੁੱਲਫਿਲ ਕਰ ਲਿਓ ਠੀਕ ਹੈ ਇੱਕ ਵਾਰੀ ਉੱਪਰ ਪੜ੍ਹ ਕੇ ਪਾਸਵਰਡ ਕੋਈ ਵੀ ਫਿਲ ਕਰ ਦਿਓ ਤੇ ਆਪਾਂ ਨੈਕਸਟ ਸਟੈਪ ਤੇ ਦੇਖਦੇ ਹਾਂ ਤੋਂ ਬਾਅਦ ਕਿਹੜਾ ਪੇਜ ਆਉਂਦਾ ਸੋ ਇਤੋਂ ਬਾਅਦ ਗਾਇਸ ਉਹਨਾਂ ਨੇ ਰਿਕਵਰੀ ਕੁਐਸਚਨਸ ਤੇ ਅਨਸਰ ਪੁੱਛਦੇ ਨੇ ਸੋ ਇਹ ਸਿਕਿਉਰਿਟੀ ਪਰਪਸ ਲਈ ਹੁੰਦਾ ਹੈ ਜਾਂ ਪ੍ਰਾਈਵੇਸੀ ਸਾਡੀ ਬਚਾਉਣ ਲਈ ਹੈ ਨਾ ਇਹ ਕਿਉਂਕਿ ਜਦੋਂ ਵੀ ਤੁਸੀਂ ਲੌਗਇਨ ਕਰਦੇ ਹੋ ਤੁਹਾਡੇ ਕੋਲ ਇੱਕ ਕੁਐਸਚਨ ਦਾ ਅਨਸਰ ਪੁੱਛਦੇ ਪੁੱਛਦੇ ਨੇ ਤੇ ਵਾਂਸ ਤੁਸੀਂ ਇਹ ਕੁਐਸਚਨਸ ਦੇ ਅਨਸਰ ਡਨ ਕਰ ਦਿੰਦੇ ਹੋ ਤੇ ਆਪਾਂ ਮੂਵ ਕਰਾਂਗੇ ਜੀ ਸੈਕੰਡ ਸਟੈਪ ਨੂੰ ਉਦੋਂ ਲਈ ਤੁਹਾਨੂੰ ਸਭ ਤੋਂ ਪਹਿਲਾਂ ਆਪਣੀ ਆਈਡੀ ਜਿਹੜੀ ਹੈਗੀ ਆ ਉਹ ਸਾਈਨ ਇਨ ਹੁਣ ਲੌਗਇਨ ਕਰਨੀ ਪਵੇਗੀ ਉੱਥੇ ਸਾਈਨ ਇਨ ਤੇ ਜਾ ਕੇ ਆਪਣੀ ਜੋ ਵੀ ਬਣਾਈ ਹੈ ਉਹਨਾਂ ਲੌਗਇਨ ਕਰ ਲਓ ਆਫਟਰ ਥੈਟ ਇਸ ਪੇਜ ਤੇ ਆਰਾਂਗੇ ਸੋ ਕੇ ਗਾਇਸ ਹੁਣ ਆਪਣੀ ਜੀਸੀ ਕੀ ਕ੍ਰੀਏਟ ਹੋ ਚੁੱਕੀ ਹੈ ਤੇ ਆਪਾਂ ਜਦੋਂ ਲੌਗਇਨ ਕਰਦੇ ਆ ਫਿਰ ਸਟਾਰਟ ਅਨ ਐਪਲੀਕੇਸ਼ਨ ਤੇ ਕਲਿੱਕ ਕਰਨ ਤੋਂ ਬਾਅਦ ਲੀ ਅਪਲਾਈ ਟੂ ਕੈਨੇਡਾ ਨੂੰ ਕਲਿੱਕ ਕਰਾਂਗੇ ਤੇ ਜੇ ਤੁਹਾਡੇ ਕੋਲ ਰੈਫਰੈਂਸ ਨੰਬਰ ਨਹੀਂ ਹੈ ਡੋਨਟ ਵਰੀਸ ਆਪਾਂ ਥੱਲੇ ਆਣਾ ਤੇ ਵਿਜ਼ਿਟਰ ਵੀਜ਼ਾ ਤੇ ਕਲਿੱਕ ਕਰ ਦੇਣਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਸਾਰੇ ਕੋ ਥੋੜੇ ਜਿਹੀ ਕੁਐਸਚਨਸ ਦੇ ਆਨਸਰ ਜਿਹੜੇ ਹੈਗੇ ਆ ਉਹ ਪੁੱਛਣਗੇ ਤੇ ਆਪਾਂ ਇਕੱਠੇ ਉਹਨੂੰ ਮਤਲਬ ਕਿ ਭਰ ਲੈਣੇ ਤੁਹਾਨੂੰ ਈਜ਼ੀ ਹੋਊਗਾ ਸੋ ਫਰਸਟ ਆਊਗਾ ਇਹ ਵਰਕ ਸੈਕਿੰਡ ਆਪਸਤੇ ਹਾਊ ਲੌਂਗ ਮਤਲਬ ਕੀ ਸੋਰੀ ਪਲੈਨਿੰਗ ਟੂ ਸਟੇ ਸੋ ਟੈਂਪਰੇਰੀ ਮੋਰ ਥੈਨ 6 ਮੰਥਸ ਸੋ ਉੱਤਪਰ ਕੰਟਰੀ ਜਿਹੜੀ ਹੈਗੀ ਹੈ ਤੁਹਾਡੇ ਕੋ ਉਹ ਪੁੱਛਣਗੇ ਠੀਕ ਹੈ ਜਿੱਥੋਂ ਮਤਲਬ ਤੁਸੀਂ ਬਿਲੋਂਗ ਕਰਦੇ ਹੋ ਐਕਚੁਅਲ ਦੇ ਵਿੱਚ ਪਾਸਪੋਰਟ ਦੇ ਤੇ ਜਿਹੜੀ ਵੀ ਤੁਹਾਡੇ ਹੈਗੀ ਹੈ ਨਾ ਉਹ ਵਾਲੀ ਸੋ ਉੱਤਪਰ ਪੁੱਛਦੇ ਨੇ ਕਰੰਟ ਕੰਟਰੀ ਜਿੱਥੇ ਤੁਸੀਂ ਰਹਿ ਰਹੇ ਹੋ ਇਸ ਟਾਈਮ ਸੋ ਇਹ ਸਾਡੀ ਕੈਨੇਡਾ ਹੋਏਗੀ ਠੀਕ ਹੈ ਕਿਉਂਕਿ ਆਪਾਂ ਕੈਨੇਡਾ ਦੇ ਵਿੱਚ ਰਹਿ ਰਹੇ ਹਾਂ ਓਕੇ ਸੋ ਆਪਾਂ ਹੁਣ ਕੈਨੇਡਾ ਕਲਿੱਕ ਕਰ ਦਵਾਂਗੇ ਇੱਥੇ ਲੋ ਜੀ ਕੈਨੇਡਾ ਸelect ਹੋ ਗਈ ਗਾਇਸ ਸੋ ਉੱਤੇ ਬਾਅਦ ਉਹਨਾਂ ਨੇ ਪੁੱਛਿਆ ਡੂ ਯੂ ਹੈਵ ਐਨੀ ਫੈਮਿਲੀ ਮੈਂਬਰਸ ਸੋ ਇਹਦਾ ਆਪਾਂ ਨੋ ਕਰਾਂਗੇ ਕਿਉਂਕਿ ਆਪਾਂ ਕਿਸੇ ਦੀ ਹੋਰ ਲਾਣੀ ਨਹੀਂ ਗਈ ਤੋ ਇੱਕ ਵਾਰ ਇੱਕ ਤੁਸੀਂ ਵੀ ਪੜ ਲਿਓ ਸ਼ੋਰਟ ਕਰ ਲਓ ਠੀਕ ਆ ਉੱਤੋਂ ਬਾਅਦ ਡੇਟ ਆਫ ਬਰਥ ਆਪਣੀ ਫਿਲ ਇਨ ਕਰਾਂਗੇ ਉਹ 20 ਨਵੰਬਰ 20 ਇਹ ਮੇਰੀ ਨਹੀਂ ਹੈ ਵੈਸੇ ਮੈਂ ਪਰਣ ਢਿਆ ਆ ਜੋ ਮੇਰੇ ਦਿਮਾਗ ਤੇ ਵਿੱਚ ਆ ਗਿਆ ਸੋ ਨੈਕਸਟ ਕਰ ਦੋ ਮੈਂ ਸੋ ਹੁਣ ਉਹ ਪੁੱਛਦੇ ਕਾਡੇ ਕੋਈ परमानेंट रेजीडेंसी हैगी यूएस नहीं है जी ओके डन नैक्सट बाद इमीग्रेसन स्टेटस अपना पूछते हैं सो, सो आप वर्क कर रहे इस टाइम ओके नैक्सट बाद यही क्वेश्चन पूछते हैं थोड़े जो कि इन्हना चो फोइंग जॉब करते हो इन फ्यूचर सोच रहे हो सो ये मेरा तो नो सो एक बार पढ़ लियो जो थोड़ा है यस कर सद सो नो नो राइट <coughs> नैक्सट कर ल इस स्पाउस का उन्होंने पूछा सर आर यू स्पाउस और डिपेंडेंट चिल्ड्रन चाइल्ड ऑफ अ परसन सो पढ़ लो एक बार ठीक है सो हैव यू टोल्ड बाय एन इमीग्रेशन सो यद सारे का मेरा नोनो ही so, सी एक बार ही पढ़ लो प्लीज ठीक है यद नोनो नो करना हैव यू सबमिट ऑफ पी एस टर्म हजे तक का नहीं कोई भी अप जॉब ऑफर अपने को नहीं हैगी रिटर्न जॉब ऑफर नहीं है सो एल आई मी एल एम आई ए होंगे एक्चुअल सो मेरे को नहीं है, आप आप नहीं है. So, LIM, है सो ਇੰਪਲੋਏ ਸੋ ਆਪਣੇ ਕੋਲ ਓਪਨ ਵਰਕ ਪਰਮਿਟ ਆ ਸੋ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਪਕੀ ਕਿ ਅੰਡਰ ਵਰਕ ਨਹੀਂ ਮਤਲਬ ਜ਼ਰੂਰੀ ਨਹੀਂ ਕਿ ਕਿਸੇ ਅੰਡਰ ਵਰਕ ਕਰਨਾ ਕਿਤੇ ਵੀ ਕਰ ਸਕਦਾ ਮੈਂ ਸੋ ਸਿੰਗਲ ਆਏਗਾ ਗਾਇਸ ਸੋ ਫਾਰ ਤਾਂ ਤੇ ਉਸ ਤੋਂ ਬਾਅਦ ਗੱਲ ਕਰਦੇ ਵਟ ਇਜ਼ ਯੋਰ ਪ੍ਰੋਵਿੰਸ ਆਫ ਡੈਸਟੀਨੇਸ਼ਨ ਸੋ ਆਪਾਂ ਦੇਖਦੇ ਹਾਂ ਕੀ ਕਹਿੰਦੇ ਆਨਟਾਰੀਓ ਤੇ ਆਂਦੇ ਆ ਠੀਕ ਹੈ ਜੀ ਹੋ ਗਿਆ ਆਪਾਂ 6 ਮਹੀਨੇ ਤੋਂ ਬਾਅਦ ਇੱਥੇ ਰਹੇ ਆ ਦਾ ਸਭ ਤੋਂ ਜ਼ਿਆਦਾ ਟਾਈਮ ਸਪੈਂਡ ਕੀਤਾ ਜਿੱਥੇ ਆਪਾਂ ਪ੍ਰੋਵਿੰਸ ਆਫ ਵਾਲੀਆ ਸੋ ਇੱਥੇ ਹੁਣ ਦੱਸਦੇ ਕਿ ਤੁਸੀਂ ਟੀਆਰਪੀ ਦੇ ਲਈ Uh, eligible ਹੈਗੇ ਹੋ ਠੀਕ ਹੈ ਸਾਰਾ ਕੁਝ ਕੁਐਸਚਨਸ ਦੇ ਆਨਸਰ ਲੈ ਕੇ ਸੋ ਆਪਾਂ ਹੁਣ ਕੀ ਕਰਾਂਗੇ TiRB ਨੂੰ ਕਲਿੱਕ ਕਰਕੇ ਕੰਟੀਨਿਊ ਕਰਾਂਗੇ ਠੀਕ ਹੈ ਜੀ ਸੋ ਥੋੜੇ ਕੁਐਸਚਨਸ ਥੋੜੇ ਹੋਰ ਪੁੱਛੋਗੇ ਤੁਹਾਡੇ ਕੋ ਬੈਸਟ ਡਿਸਕ੍ਰਾਈਬ ਯੂ ਸਿਚੁਏਸ਼ਨ ਸੋ ਆਮ ਔਨ ਵਰਕ ਪਰਮਿਟ ਰਾਈਟ ਨਾਓ ਓਪਨ ਵਰਕ ਪਰਮਿਟ ਠੀਕ ਹੈ ਜੀ ਕੋਈ ਮੈਡੀਕਲ ਕਰਵਾਇਆ ਸੀਗਾ ਲਾਸਟ 12 ਮਹੀਨਿਆਂ ਵਿੱਚ ਨਹੀਂ ਨੋ ਕਰ ਦੇਣਾ ਜੇ ਤੁਸੀਂ ਕਰਵਾਇਆ ਤਾਂ Yes ਕਰ ਸਕਦੇ ਹੋ ਉਤਤ ਬਾਅਦ ਪੁੱਛ ਦੇਵੇ ਕਿ ਕੋਈ ਹੈਵ ਯੂ ਲਿਵਡ ਇਨ ਅ ਡੈਸਿਗਨੇਟਿਡ ਕੰਟਰੀ ਅਦਰ than ਮਲੇ ਕਿ ਤੋ ਕੈਨੇਡਾ ਕੈਨੇਡਾ ਤੋਂ ਇਲਾਵਾ ਕਿਤੇ ਹੋਰ ਰਹੇ ਹੋ ਤੁਸੀਂ 6 ਮਹੀਨੇ ਤੋਂ ਵੱਧ ਨਹੀਂ ਆਪਾਂ ਕਿਤੇ ਨਹੀਂ ਰਹੇ ਜੀ ਮਲੇ ਇੰਡੀਆ ਨੂੰ ਛੱਡ ਕੇ ਤੇ ਜਿੱਥੇ ਤੁਸੀਂ ਰਹਰ ਨੂੰ ਛੱਡ ਕੇ ਉਸ ਤੋਂ ਬਾਅਦ ਪੁੱਛਿਆ ਉਹਨਾਂ ਨੇ ਕੋਈ ਇਹਨਾਂ ਫੋਲੋਇੰਗ ਜੌਬਸ ਤੇ ਕਿਤੇ ਤੁਸੀਂ ਵਰਕ ਕਰਦੇ ਹੋ ਉਹਨਾਂ ਦੇ ਵਿੱਚੋਂ ਸੋ ਮੈਂ ਤਾਂ ਨਹੀਂ ਉਹਨਾਂ ਚੋਂ ਕਿਸੇ ਤੇ ਵੀ ਕਰਦਾ ਸੋ ਨੋ ਐਕਚੁਅਲੀ ਇਹ ਤਾਂ ਤੁਸੀਂ ਕਰਦੇ ਤਾਂ ਯਸ ਕਰਦੇ ਹੋ ਠੀਕ ਹੈ ਸੋ ਕੋਈ ਆਪਣੀ ਫੈਮਿਲੀ ਮੈਂਬਰ ਤੁਸੀਂ ਫਾਈਲ ਸਬਮਿਟ ਕਰ ਰਹੇ ਹੋ ਨੋ ਕਿਸਨੂੰ ਤੁਸੀਂ ਅਸੈਸਸ ਦੇ ਰਹੇ ਹੋ ਆਪਣੀ ਫਾਈਲ ਦਾ ਐਪਲੀਕੇਸ਼ਨ ਦਾ ਸੋ ਮੈਂ ਨਹੀਂ ਦੇ ਰਿਹਾ ਮਾਪਰੂੰਗਾ ਸੋ ਨੋ ਕਰ ਦੇਣਾ ਆਪਾਂ ਨੂੰ ਨੈਕਸਟ ਕਰ ਦੋ ਤੇ ਇਹ ਤੋਂ ਬਾਅਦ ਕਹਿੰਦੇ 10 ਸਾਲਾਂ ਦੇ ਵੀ ਤੁਹਾਡਾ ਕੋਈ ਬਾਇਓਮੈਟ੍ਰਿਕ ਹੋਏ ਸੋ ਹਾਂ ਮੇਰੇ ਹੋਏ ਸੀਗੇ ਸੋ ਮੈਂ ਯੈਸ ਕਰ ਦਾਂਗਾ ਨੈਕਸਟ ਸੋ ਫੀ ਸਟਡੀ ਹੈਗੀ ਹੈ ਤੁਸੀਂ ਕਹਿੰਦੇ ਪੇ ਕਰੂਗੇ ਤੇ ਯੈਸ ਆਈ ਵਿਲ ਪੇ ਮਾਈ ਫੀਸ ਗਾਈਸ ਡੈਫੀਨਿਟਲੀ ਮਨੇ ਕਰਨੀ ਵਣੀ ਸੋ ਉਸ ਤੋਂ ਬਾਅਦ ਉਹ ਕਹਿੰਦੇ ਕਿ ਡਾਕੂਮੈਂਟ ਦੀ ਡਿਜੀਟਲ ਫੋਟੋ ਕੋ ਪੀਐਸ ਸਕੈਨ ਹੈਗਾ ਆਪਣੇ ਕੋ ਸੋ ਮਾਸਟਰ ਕਾਰਡ ਤੋਂ ਪੇ ਕਰੂਗੇ ਆਬਵੀਅਸਲੀ ਯੈਸ ਠੀਕ ਹੈ ਵਾਂਸ ਡਨ ਹੋ ਜਾਂਦਾ ਇੱਕ ਵਾਰੀ ਤੁਸੀਂ ਪ੍ਰੋਪਰ ਰੀਵਿਊ ਕਰ ਲਿਓ ਆਪਣੀ ਐਪਲੀਕੇਸ਼ਨ ਨੂੰ ਠੀਕ ਹੈ ਦੇਖ ਲਓ ਕੋਈ ਗਲਤ ਨਾ ਭਰਿਆ ਹੋਵੇ ਠੀਕ ਹੈ ਤੇ ਆਹ ਤੁਹਾਡਾ ਇੱਥੋਂ ਦੂਜਾ ਸਟੈਪ ਡਨ ਹੋ ਜਾਂਦਾ ਸੋ ਲੋ गाइस ਹੁਣ ਆਪਾਂ ਸਾਰਾ ਕੁਝ ਉਹ ਜਿਹੜੇ ਕੁਐਸਚਨ ਸੀਗੇ ਆਪਾਂ ਡਨ ਕਰ ਲਏ ਨੇ ਤੇ ਹੁਣ ਸਬਮਿਟ ਕਰਨੀ ਹੈ ਆਪਣੀ ਐਪਲੀਕੇਸ਼ਨ ਤੇ ਉਹਦੇ ਲਈ ਆਪਾਂ ਨੂੰ ਡਾਕੂਮੈਂਟਸ ਜਿਹੜੇ ਹੈਗੇ ਉਹ ਸਬਮਿਟ ਕਰਨੇ ਪੈਣਗੇ ਠੀਕ ਹੈ ਇੱਕ ਵਾਰੀ ਇਹ ਤੋਂ ਗੋ ਥਰੂ ਹੋ ਜਾਓ ਕੰਟੀਨਿਊ ਕਰਾਂਗੇ ਹੁਣ ਆਪਾਂ ਤੇ ਹੁਣ ਇੱਕ ਲਿਸਟ ਆ ਜਾਏਗੀ ਜਿਹੜੇ ਵੀ ਡਾਕੂਮੈਂਟਸ ਸਾਨੂੰ ਚਾਹੀਦੇ ਨੇ ਠੀਕ ਹੈ ਉਹਦੇ ਵਿੱਚ ਸਾਨੂੰ ਸਭ ਤੋਂ ਪਹਿਲਾਂ ਇੱਕ ਫਾਰਮ ਫਿਲ ਕਰਨਾ ਹੁੰਦਾ ਜਿਹੜਾ ਉੱਪਰ ਸਭ ਤੋਂ ਉੱਪਰ ਮੈਂਸ਼ਨ ਕੀਤਾ ਹੋਇਆ ਉਹਨਾਂ ਨੇ ਠੀਕ ਹੈ 5257 ਵਾਲਾ ਠੀਕ ਹੈ ਇਹਨੂੰ ਡਾਊਨਲੋਡ ਕਰਾਂਗੇ ਆਪਾਂ ਦੂਜੇ ਨੰਬਰ ਤੇ ਆਪਾਂ ਸਟੱਡੀ ਪਰ ਇਹ ਵਰਕ ਪਰਮਿਟ ਪਾਸਪੋਰਟ ਤੇ ਡਿਜੀਟਲ ਫੋਟੋ ਇਹ ਚਾਰ ਡਾਕੂਮੈਂਟਸ ਸਾਨੂੰ ਚਾਹੀਦੇ ਹੁੰਦੇ ਨੇ ਠੀਕ ਹੈ ਬਾਕੀ ਆਪਸ਼ਨਲ ਨੇ ਜਿਹੜੇ ਥੱਲੇ ਦਿੱਤੇ ਹੋਣਗੇ ਉਹ ਆਪਾਂ ਨੂੰ ਜ਼ਰੂਰਤ ਨਹੀਂ ਹੁੰਦੀ ਠੀਕ ਹੈ ਤੇ ਮੇਕ ਸ਼ੁਰ ਕਰਿਓ ਕਿ ਜਦੋਂ ਵੀ ਤੁਸੀਂ ਉਹ ਫਾਰਮ ਜਿਹੜਾ ਹੈਗਾ ਜਿਹੜਾ ਮੈਂ ਓਪਨ ਕਰੂੰਗਾ ਇਹ ਜਿਹੜਾ ਫਾਰਮ ਹੈ ਨਾ ਇਹਨੂੰ Adobe Reader ਦੇ ਵਿੱਚ ਓਪਨ ਹੋਣਾ ਨੇ ਅਦਰਵਾਈਜ਼ ਇਹ ਨਹੀਂ ਓਪਨ ਨਹੀਂ ਹੋਣਾ ਹੈਗਾ ਚਲੋ ਮੈਂ ਤੁਹਾਨੂੰ ਦਿਖਾ ਦਿੰਦਾ ਇੱਕ ਵਾਰੀ ਓਪਨ ਕਰਕੇ ਆ ਦੇਖੋ ਗਾਇਸ ਪਰ ਜਦੋਂ ਆਪਾਂ ਇਹਨੂੰ ਡਾਊਨਲੋਡ ਕਰਾਂਗੇ ਤਾਂ ਇਹ ਫਾਰਮ ਡਾਟਾ ਹੈਗਾ ਮੈਂ ਤੁਹਾਨੂੰ ਓਪਨ ਕਰਕੇ ਦਿਖਾਂਦਾ ਕਿਦਾਂ ਦਾ ਲੱਗੇਗਾ ਸੋ ਇਹ ਗਾਇਸ ਮੇਰਾ ਆਪਣਾ ਫਾਰਮ ਹੈ ਜਿਹੜਾ ਮੈਂ ਫਿਲ ਕੀਤਾ ਹੋਇਆ ਹੈ ਤੇ ਆਪਾਂ ਹੁਣ ਇਹਦੇ ਗੋ ਥਰੂ ਹੁੰਨੇ ਆ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਆਪਾਂ ਭਰਨੀਆਂ ਠੀਕ ਹੈ ਜੀ ਇਹ ਹੁੰਦਾ ਅਪਲੀਕੇਸ਼ਨ ਫਾਰ ਵੀਜ਼ਾ ਵਿਜ਼ਿਟਰ ਵੀਜ਼ਾ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਹੁੰਦਾ ਹੈ ਸੋ ਯੂਸੀਆ ਜਿਹੜਾ ਹੁੰਦਾ ਤੁਹਾਡਾ ਵਰਕ ਪਰਮਿਟ ਤੇ ਸਭ ਤੋਂ ਟਾਪ ਰਾਈਟ ਸਾਈਡ ਤੇ ਹੋਏਗਾ ਉੱਥੋਂ ਫਿਲ ਆਊਟ ਕਰ ਲਿਓ ਠੀਕ ਹੈ ਉਸ ਤੋਂ ਬਾਅਦ ਲਿਖਿਆ ਆਈ ਵਾਂਟ ਮਾਈ ਸਰਵਿਸ ਇਨ ਇੰਗਲਿਸ਼ ਠੀਕ ਹੈ ਵੀਜ਼ਾ ਕਿਸ ਲਈ ਚਾਹੀਦਾ ਆਪਾਂ ਨੂੰ ਵਿਜ਼ਿਟਰ ਵੀਜ਼ਾ ਆਪਾਂ ਉਹਦੇ ਲਈ ਅਪਰੂਵਲ ਚਾਹ ਰਹੇ ਆ ਨਾਮ ਫੁੱਲ ਨੇਮ ਸੋ ਇਹਦੇ ਵਿੱਚ ਦੋ ਤਰ੍ਹਾਂ ਹੁੰਦਾ ਹੈ ギਵਨ ਨੇਮ ਤੇ ਫੁੱਲ ਨੇਮ ਤੁਸੀਂ ਫੁੱਲ ਨੇਮ ਹੀ ਆਪਣਾ ਭਰਨਾ ギਵਨ ਨੇਮ ਵਾਲਾ ਜਿਹੜਾ ਵੀ ਦਿੱਤਾ ਹੋਇਆ ਹੈ ਉਹਨੂੰ ਪਹਿਲੇ ਤੇ ਭਰ ਦਿਓ ਨੂੰ ਫੁੱਲ ਨੇਮ ਚ ਭਰਿਓ ਠੀਕ ਹੈ ਜਿੱਦਾਂ ਤੁਹਾਡਾ ਨਾਮ ਜੇ ਜਸਪ੍ਰੀਤ ਸੰਘਿਆ ਸੋ ਨੂੰ ਫਰਸਟ ਨੇਮ ਦੇ ਵਿੱਚ ਭਰਿਓ ਫੈਮਿਲੀ ਨੇਮ ਦੇ ਵਿੱਚ ਠੀਕ ਹੈ ਕਮੈਂਟਰੀ ਉਤਪਰ ਬਾਦ ਆਪਣਾ ਹਰ ਡਾਕੂਮੈਂਟਸ ਦੇ ਵਿੱਚ ਭਰ ਲਿਓ ਸਾਰਾ ਕੁਝ ਠੀਕ ਹੈ ਸਾਰਾ ਕੁਝ ਤੁਹਾਡੇ ਪਾਸਪੋਰਟ ਦੇ ਵਿੱਚ ਹੋਏਗਾ ਠੀਕ ਹੈ ਇਹ ਆਪਣਾ ਕੈਨੇਡਾ ਦਾ ਆਪਣਾ ਮਜੇ ਤੇ ਪਰ ਰੈਜ਼ੀਡੈਂਸ ਦੇ ਬਾਰੇ ਆ ਵਰਕਰ ਹੈ ਇਸ ਟਾਈਮ ਆਪਾਂ ਠੀਕ ਹੈ ਤੁਹਾਡਾ ਵਰਕ ਪਰਮਿਟ ਜਿਹੜਾ ਹੈਗਾ ਕਿ ਤੱਕ ਪਰ ਹੈਗਾ ਉਹ ਸਾਰਾ ਕੁਝ ਉੱਤੇ ਮੈਂਸ਼ਨ ਕਰ ਦਿਓ ਉੱਪਰ ਠੀਕ ਹੈ ਫਰੋਮ ਐਂਡ ਟੂ ਤੇ ਹੁਣ ਆਪਾਂ ਚੱਲਦੇ ਹਾਂ ਜੀ ਥੱਲੇ ਮ ਆਪਣਾ ਸਟੇਟਸ ਦੱਸੋ ਕਿ ਤੁਸੀਂ ਸਿੰਗਲ ਹੋ ਜਾਂ ਮੈਰਿਡ ਹੋ ਜੋ ਵੀ ਹੋ ਗਿਆ ਹੋਣਾ ਉਹ ਸਾਰਾ ਕੁਝ ਤੁਸੀਂ ਦੱਸ ਦਿਓ ਮੈਂਸ਼ਨ ਕਰ ਦਿਓ ਦੇ ਵਿੱਚ ਅੱਗੇ ਦੇਖਦੇ ਆ ਗਾਇਸ ਕੀ ਬੰਦ ਸੋ ਆਪਾਂ ਸਕਰੋਲ ਡਾਉਨ ਕਰਾਂਗੇ ਹੁਣ ਆਪਾਂ ਤੇ lettes see ਸਿੰਗਲ ਕਰਤਾ ਜੀ ਮੈਂ ਤੇ ਉਸ ਤੋਂ ਬਾਅਦ ਇਹਨਾਂ ਨੇ ਪੁੱਛਿਆ ਜੀ ਤੁਹਾਡੇ ਕੋਲੋਂ ਪਰਸਨਲ ਡਿਟੇਲਸ ਸੋ ਇਹ ਤੁਸੀਂ ਨੋ ਕਰ ਦੇ ਪੜ ਕੇ ਨੂੰ ਤੇ ਮੇਰੀ ਲੈਂਗੁਏਜ ਪੰਜਾਬੀ ਸੀਗੀ ਮਦਰ ਟੰਗ ਜਿਹੜੀ ਹੈ ਠੀਕ ਹੈ ਇੰਗਲਿਸ਼ ਮੈਂ ਹਾਂ ਬੋਲੰਦਾ ਤੇ ਇੰਗਲਿਸ਼ ਬਹੁਤ ਵਧੀਆ ਹੁੰਦੀ ਬਾਬੇ ਦੇ ਨਾਲ ਥੋੜੀ ਬੋਤਾਈ ਜਾਂਦੀ ਆ ਸੋ ਤੁਹਾਡੇ ਕੋਈ ਟੈਸਟ ਵਗੈਰਾ ਦਿੱਤਾ ਹੋਵੇ ਆਈਸ਼ੂ ਕਰਾਇਆ ਫਿਰ ਲਿਫ ਸੋ ਮਤਲਬ ਸੈਲਫੀ ਦਾ ਸੋ ਇਹ ਮੈਂ ਦਿੱਤਾ ਸੀ ਇੱਕ ਵਾਰੀ ਸੋ ਯੈਸ ਕਰ ਦਵਾਂਗੇ ਆਮ ਸੌਰੀ ਗਾਇਜ਼ ਇਨ ਮੈਂ ਟੱਕ ਦਿੰਦਾ ਹੁਣ ਇੱਥੋਂ ਠੀਕ ਹੈ ਤੇ ਇੱਥੇ ਤੁਸੀਂ ਪਾਸਪੋਰਟ ਨੰਬਰ ਆਪਣਾ ਪਰ ਨਾਮ ਦਾ ਸੋ ਇਹ ਸਾਰਾ ਕੁਝ ਪਾਸਪੋਰਟ ਦੇ ਹਿਸਾਬ ਨਾਲ ਭਰਿਓ ਆਪਣੇ ਠੀਕ ਹੈ ਤੁਹਾਡਾ ਇਸ਼ੂ ਡੇਟ ਜਾਂ ਐਕਸਪਾਇਰੀ ਡੇਟ ਕੀ ਹੈ ਨਾ ਸਾਰਾ ਕੁਝ ਭਰ ਦਿਓ ਤੇ ਉਸ ਤੋਂ ਬਾਅਦ ਆਹ ਜਿਹੜਾ ਉੱਪਰ ਵਾਲੇ ਨੇ ਆਪਣੇ ਆਪ ਹੀ ਚਲੇ ਜਾਣੇ ਇਹਨਾਂ ਨੂੰ ਕੋਈ ਲੈਣ ਦਾ ਡੈਂਡੇ ਨਹੀਂ ਹੈਗਾ ਆਪਣਾ ਤੇ ਹੁਣ ਆਈਡੈਂਟੀਟੀ ਦੀ ਗੱਲ ਕਰਦੇ ਜੇ ਤੁਹਾਡੇ ਕੋਲ ਹੈਗੀ ਆ ਤਾਂ ਠੀਕ ਹੈ ਚਲੋ ਇਹ ਮਤਲਬ ਕਿ ਆਧਾਰ ਕਾਰਡ ਪੈਨ ਕਾਰਡ ਹੁੰਦਾ ਜੋ ਆਪਣੇ ਕੋਲ ਨਹੀਂ ਹੈਗਾ ਨੋ ਪ੍ਰੋਬਲਮ ਨੋ ਕਰਦੇ ਹੋ ਠੀਕ ਹੈ ਉਸ ਤੋਂ ਬਾਅਦ ਇਹ ਕਹਿੰਦੇ ਆ ਕਿ ਆਪਣੇ ਮੇਲਿੰਗ ਐਡਰੈਸ ਤੋਂ ਤੁਹਾਡਾ ਕੈਨੇਡਾ ਦਾ ਜਿਹੜਾ ਐਡਰੈਸ ਇਸ ਤੂੰ ਸੀ ਹੁਣ ਰਹਿ ਰਹੇ ਹੋ ਆਪਾਂ ਇਹਦੇ ਵਿੱਚ ਉਹ ਫਿਲ ਆਊਟ ਕਰਾਂਗੇ ਠੀਕ ਹੈ ਇਹ ਮੈਂ ਵੈਸੇ ਹੀ ਤੁਹਾਨੂੰ ਦਿਖਾਇਆ ਤੇ ਮੈਂ ਸਾਰਾ ਕੁਝ ਕੈਨਸਲ ਕਰ ਦਿੱਤਾ ਸੀ ਠੀਕ ਹੈ ਉਸ ਤੋਂ ਬਾਅਦ ਥੋੜੀ ਜਿਹੀ ਆਪਣਾ residential address ਵੀ ਇਹੀ ਕਰ ਦਿਓ yes ਕਰ ਦਿਓ ਠੀਕ ਆ ਬਾਅਦ ਚ ਫੋਨ ਨੰਬਰ ਭਰ ਦੇਣਾ ਠੀਕ ਆ ਪਹਿਲਾ ਕੋਡ ਹੁੰਦਾ ਬਾਅਦ ਚ ਏਰੀਆ ਏਰੀਆ ਕੋਡ ਹੁੰਦਾ ਬਾਕੀ ਤੁਹਾਡਾ ਨੰਬਰ ਹੀ ਹੁੰਦਾ ਮਤਲਬ ਪ੍ਰੋਪਰ ਤੇ ਨਾਲ ਆਪਣੇ ਕੋਈ ਫਰੈਂਡ ਦਾ ਅਲਟਰਨੇਟਿਵ ਕੋ ਮਤਲਬ ਕਿ ਨੰਬਰ ਭਰ ਦੇਣ ਕੇਸ ਜੇ ਚਾਹੀਦਾ ਹੋਵੇ ਉਹਨਾਂ ਨੂੰ ਹਾਂ ਮੇਲ ਵੀ ਭਰੋ ਤੇ ਆਪਣੇ ਤੇ ਬਾਅਦ ਚ ਹੁਣ ਵਿਜ਼ਿਟ ਟੂ ਕੈਨੇਡਾ ਦਾ ਕੀ ਪਰਪਸ ਹੈ ਸੋ ਸਭ ਤੋਂ ਪਹਿਲਾਂ ਡਿਟੇਲਸ ਭਰਨੀ ਹੈ ਪਰਪਸ ਆਪਣਾ ਹੈਗਾ ਰਿਟਰਨਿੰਗ ਵਰਕਰ ਠੀਕ ਆ ਦੂਜੇ ਨੰਬਰ ਤੇ ਇਹ ਜਿਹੜੀ ਡੇਟ ਹੈਗੀ ਆ ਫ੍ਰੋਮ ਜਿਹੜੀ ਹੈਗੀ ਤੁਹਾਡਾ ਅੱਜ ਦਾ ਦਿਨ ਹੋਏਗਾ ਤੇ ਟੂ ਡੇਟ ਹੈਗਾ ਤੁਹਾਡਾ ਲਾਸਟ ਐਕਸਪਾਇਰੀ ਡੇਟ ਆਫ ਯਰ ਵਰਕ ਪਰਮਿਟ ਹੋਏਗੀ ਠੀਕ ਹੈ ਮੇਕ ਸ਼ੋਰ ਕਰ ਰਿਓ ਧਿਆਨ ਨਾਲ ਆਦਰਵਾਇਸ ਇਹਨੇ ਵਰਕ ਨਹੀਂ ਕਰਨਾ ਸੋ ਮੈਂ 3000 ਲਿਖਿਆ ਸੀਗਾ ਤੁਹਾਡੀ ਆਪ ਦੀ ਮਰਜ਼ੀ ਹੈ ਜਿੰਨੇ ਮਰਜ਼ੀ ਲਿਖ ਸਕਦੇ ਹੋ ਇੱਥੇ ਹੁਣ ਤੁਸੀਂ ਜਿਹੜਾ ਹੈਗਾ ਆਪਣਾ ਏਮਪਲੋਇਰ ਤੇ ਬਾਰੇ ਲਿਖ ਦਿਓ ਜਿਹਦੇ ਵੀ ਕੋਲ ਵੀ ਤੁਸੀਂ ਕੰਮ ਕਰ ਰਹੇ ਹੋ ਰਾਈਟ ਨਾਓ ਠੀਕ ਹੈ ਏਮਪਲੋਇਰ ਦਾ ਨੇਮ ਲਿਖ ਦਿਓ ਤੇ ਇਹਦਾ ਐਡਰੈਸ ਵਗੈਰਾ ਪਾ ਦਿਓ ਠੀਕ ਹੈ ਇੱਕ ਹੀ ਪਾ ਦਿਓ ਪਹਿਲਾਂ ਦੋ ਪਾਉਣ ਦੀ ਇਨੂੰ ਡਨ ਕਰ ਦਿਓ ਉਸ ਤੋਂ ਬਾਅਦ এডਿਕੇਸ਼ਨ ਦੀ ਗੱਲ ਕਰਾਂਗੇ ਗਾਇਸ ਜੋ ਵੀ ਤੁਸੀਂ ਇੱਥੇ ਆ ਕੇ ਕੀਤਾ ਸੀਗਾ ਸੋ ਉਹ ਆਪਾਂ ਇੱਥੇ ਫਿਲ ਆਊਟ ਕਰਾਂਗੇ ਜੇ ਤੁਸੀਂ ਮੈਂ ਆਈਟੀ ਦੇ ਵਿੱਚ ਕੀਤਾ ਸੀਗਾ ਸੈਨ ਕਲियर ਕਾਲਜ ਵਿੱਚ ਡਿਪਲੋਮਾ ਸੀਗਾ ਮਿਸਿਸਾਗਾ ਤੇ ਫ੍ਰੋਮ ਟੂ ਟੂ ਕਰ ਦੇਣਾ ਠੀਕ ਹੈ ਹੁਣ ਇੱਥੇ এমਪਲੋਇਮੈਂਟ ਹਿਸਟਰੀ ਆਪਣੀ ਤੁਸੀਂ ਭਰਨੀ ਆ ਤੇ ਮੈਂ ਥੋੜਾ ਬੋਤਾ ਇੱਥੇ ਲਿਖਤਾ ਹੋਇਆ ਬਾਕੀ ਮੈਂ ਸਾਰਾ ਕੁਝ ਰੇਸ ਕਰਤਾ ਸੀਗਾ ਠੀਕ ਹੈ ਤੁਸੀਂ ਵਰਕ ਪਰਮਿਟ ਦੇ ਵਾਂਗੂ ਜਿਹੜਾ ਫਿਲ ਕੀਤਾ ਹੋਈ ਭਰਨਾ ਸੋ ਇਹ ਤੁਹਾਡਾ ਬੈਕਗ੍ਰਾਉਂਡ ਚੈੱਕ ਹੋਏਗਾ ਇਹਦੇ ਵਿੱਚ ਮੈਂ ਸਾਰਿਆਂ ਚ ਨੋ ਨੋ ਕੀਤਾ ਹੋਇਆ ਹੈ ਕਿਉਂਕਿ ਸੋ ਮੈਂ ਮਤਲਬ ਕਿ ਕੋਈ ਅਦਾ ਕਰਾਇਮ ਨਹੀਂ ਕੀਤਾ ਸੋ ਇੱਥੇ ਤੁਸੀਂ ਦੇਖੋਗੇ ਕਿ 3rd ਵਾਲੇ ਤੇ ਮੈਂ ਯੈਸ ਕੀਤਾ ਕਿਉਂਕਿ ਮੈਂ ਪਹਿਲਾਂ ਵੀ ਐਪਲੀਕੇਸ਼ਨ ਆਪਾਂ ਪਾਈ ਸੀਗੀ ਐਂਟਰੀ ਰਿਮੇਨ ਇਨ ਕੈਨੇਡਾ ਲਨ ਦੇ ਲਈ ਉਹ ਕੀ ਸੀਗਾ ਕਿ ਮੈਂ ਆਪਣਾ ਵਰਕ ਪਰਮਿਟ ਡਾਟਾ ਸੀਗਾ ਉਹ ਅਪਲਾਈ ਕੀਤਾ ਸੀਗਾ ਰੀਸੈਂਟਲੀ ਠੀਕ ਹੈ ਤੇ ਆਪਾਂ ਉਸ ਚੀਜ਼ ਨੂੰ ਥੱਲੇ ਮੈਂਸ਼ਨ ਕਰਤਾ ਜੇ ਤੁਹਾਡਾ ਕੋਈ ਅਪਰੂਵਲ 2B ਨੂੰ ਵੀ ਧਿਆਨ ਆ ਪੜੇ ਜੇ ਤੁਹਾਡੀ ਕੋਈ ਰਿਫਿਊਜ਼ਲ ਆਈ ਹੋਵੇ ਆਪਾਂ ਇੱਥੇ ਮੈਂਸ਼ਨ ਕਰਾਂਗੇ ਠੀਕ ਹੈ ਸੋ ਮੈਂ ਹੀ ਲਿਖਤਾ 2C ਦੇ ਵਿੱਚ ਹੁਣ ਉਤੋਂ ਬਾਅਦ ਥੱਲੇ ਆਂਦੇ ਆ ਆ ਪੜ ਲਿਓ ਡੋਵੀ ਸਾਹਿਬ ਤੁਹਾਨੂੰ ਲਿਖਿਆ ਹੋਇਆ ਸੇਮ ਡਿਟੋ ਕਾਪੀ ਪਾ ਦਿਓ ਉੱਤੇ ਠੀਕ ਹੈ ਜੇ ਤੁਹਾਡਾ ਵੀ ਸੇਮ ਹੀ ਸੀਗਾ ਤੇ ਆਹ ਪੜ ਲਿਓ ਇੱਥੇ ਸਾਰਾ ਕੁਝ ਮੈਂ ਨੋ ਹੀ ਲਿਖਿਆ ਹੋਇਆ ਹੈ ਠੀਕ ਹੈ ਇਹਦਾ ਵੀ ਨੋ ਹੀ ਹੈ ਕਿਉਂਕਿ ਆਪਾਂ ਕੋਈ ਵੀ ਮਿਲਟਰੀ ਚ ਨਹੀਂ ਕੀਤਾ ਹੋਇਆ ਅਕਸਰ ਪੋਲਿਟੀਕਲ ਪਾਰਟੀਆਂ ਤੇ ਵੀ ਨਹੀਂ ਗਏ ਹੈਗੇ ਸੋ ਫਾਰ ਕੋਈ ਮੌਕਾ ਨਹੀਂ ਦਿੱਤਾ ਮਿਲਦੇ ਤਾਂ ਚੱਲ ਜਾਗੇ ਸੋ ਠੀਕ ਹੈ ਇਹਨਾਂ ਨੂੰ ਬਾਕੀ ਸਾਰਨ ਤੁਸੀਂ ਪੜ ਲਿਓ ਤੁਹਾਨੂੰ ਆਪ ਹੀ ਬਤਲਾ ਕੇ ਨਾ ਮੇਰਾ ਤਾਂ ਨੋ 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 ਹੀ ਸੀਗਾ ਤੇ ਐਟ ਦੀ ਐਂਡ ਆ ਪੜ ਕੇ ਯੈਸ ਕਰਕੇ ਆਪਣਾ ਨਾਮ ਭਰ ਦਿਓ ਤੇ ਜਦੋਂ ਵੀ ਤੁਸੀਂ ਆਪਣਾ ਅਪਲਾਈ ਕਰ ਰਹੇ ਹੋ ਉਸ ਦਿਨ ਦੀ ਡੇਟ ਭਰ ਦਿਓ ਠੀਕ ਹੈ ਇਹਦੇ ਨਾਲ ਤੁਹਾਡਾ ਫਾਰਮ ਡਨ ਹੋ ਜਾਂਦਾ ਪਰ ਵੈਲੀਡੇਟ ਕਰਨਾ ਨਾ ਭੁੱਲਿਓ ਵੈਲੀਡੇਟ ਮਸਟ ਹੈ ਕਿਉਂਕਿ ਜੇ ਤੁਸੀਂ ਵੈਲੀਡੇਟ ਕਰੋਗੇ ਤੁਹਾਨੂੰ ਕੋਈ ਵੀ ਜੇ ਫੀਲਡ ਤੁਹਾਡੀ ਐਮਟੀ ਰਹਿ ਗਈ ਹੋਏਗੀ ਤੁਹਾਨੂੰ ਦੱਸ ਦੇਗਾ ਕੋਈ ਗਲਤੀ ਹੋ ਗਈ ਉਹ ਤੁਹਾਨੂੰ ਦੱਸ ਦੇਗਾ ਠੀਕ ਹੈ ਵੈਲੀਡੇਟ ਕਰ ਲਓ ਕੋ ਨੂੰ ਪ੍ਰੋਪਰ ਫਾਰਮ ਨੂੰ ਐਂਡ ਆਫਟਰ ਦੈਟ ਗਾਇਸ ਯੂ ਗੋ ਟੂ ਗੋ ਠੀਕ ਹੈ ਤੇ ਕੋਈ ਵੀ ਤਰ੍ਹਾਂ ਦੀ ਪ੍ਰੋਬਲਮ ਤੁਹਾਨੂੰ ਫੇਸ ਫੇਰ ਵੀ ਤੁਹਾਨੂੰ ਲੱਗਦਾ ਹੈਗੀ ਆ ਤਾਂ ਮੇਕ ਸ਼ੋਰ ਕਰਿਓ ਤੁਸੀਂ ਮੈਨੂੰ ਰੀਚਾਰਜ ਕਰ ਲਓ ਠੀਕ ਹੈ ਤੇ ਮੈਂ ਤੁਹਾਡੀ ਹੈਲਪ ਕਰਨ ਨੂੰ ਰੈਡੀ ਹਾਂ ਗਾਈਸ ਥੈਂਕ ਯੂ ਸੋ ਮੱਚ